ਅਸਲਾਮ ਅਲੈਕੁਮ ਜੀ। ਵਾਲੇਕੁਮ ਅਸਲਾਮ ਭਾਈ ਜਾਨ, ਕੀ ਨਾਂ ਹੈ ਤੁਹਾਡਾ? ਮੇਰਾ ਨਾਂ ਜੀ ਇਮਰਾਨ ਹੁਸੈਨ ਸ਼ਾਹ। ਅੱਛਾ, ਤੇ ਸ਼ਾਹ ਸਾਹਿਬ, ਜਿਹੜਾ ਸਾਰ ਟਰਸਟ ਕੋਲ ਤੁਸੀਂ ਕਰਜ਼ਾ ਲਿਆ ਜੀ, ਤੇ ਉਹਦਾ ਤੁਸੀਂ ਕੀ ਕੋਈ ਸੈਟਅਪ ਬਣਾਇਆ ਕਿ? ਮੈਂ ਉਸਦੇ ਵਾਸਤੇ ਮਤਲਬ ਲੈ ਕੇ ਕਰਜ਼ਾ ਤੇ ਕੋਈ ਆਪਣੀ ਦੁਕਾਨ ਦਾ ਸਮਾਨ ਲਿਆਂਦਾ ਹੈ, ਆਪਣੇ ਕਾਰੋਬਾਰ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਠੀਕ ਹੈ, ਤੇ ਬਸ ਅੱਲਾਹ ਤਾਲਾ ਅੱਗੇ ਇਹੀ ਦੁਆ ਹੈ ਕਿ ਮੈਨੂੰ ਮਤਲਬ ਕਾਮਯਾਬੀ ਹੋਵੇ ਤੇ ਮੇਰਾ ਜਿਹੜਾ ਕਾਰੋਬਾਰ ਹੈ ਮਜ਼ੀਦ ਵਧੇ। ਠੀਕ ਹੈ, ਯਾਨੀ ਕਿ ਤੁਸੀਂ ਇਹ ਪੈਸੇ ਲੈ ਕੇ ਤੇ ਇਹ ਆਪਣੀ ਦੁਕਾਨ ਸੈਟਅਪ ਕੀਤਾ ਹੈ? ਜੀ। ਠੀਕ ਹੈ, ਤੇ ਇਸਾਰ ਟਰਸਟ ਜਿਹੜਾ ਇਹ ਕਿਹੜਾ ਇਦਾਰਾ ਗਰੀਬਾਂ ਦੇ ਹੱਕ ਵਿੱਚ? ਦੇਖੋ ਜੀ, ਇਸਾਰ ਅਕੈਡਮੀ ਜਿਹੜਾ ਟਰਸਟ ਹੈ ਬਹੁਤ ਅੱਛਾ ਹੈ ਕਿ ਆਵਾਮ ਦੀ ਖਿਦਮਤ ਕਰ ਰਹੇ ਨੇ। ਸਹੀ, ਤੇ ਸਾਨੂੰ ਵੀ ਚਾਹੀਦਾ ਕਿ ਇਹਨਾਂ ਨਾਲ ਤਾਮਨ ਕਰਨਾ ਤੇ ਜੋ ਕੋਈ ਲਿਆ ਹੈ ਉਹ ਅਸੀਂ ਇਮਾਨਦਾਰੀ ਨਾਲ ਵਾਪਸ ਕਰੀਏ। ਜੀ ਠੀਕ ਹੈ, ਬਹੁਤ ਮਿਹਰਬਾਨੀ, ਸ਼ੁਕਰੀਆ।